ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਵੱਡੀ ਅਪਡੇਟ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਲੈ ਕੇ ਆਇਆ। ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਦੋਸਤੋ ਭਰਤੀ ਆਈ ਸੀ, ਮਲਟੀਪਰਪਜ਼ ਹੈਲਥ ਵਰਕਰ MPHW ਫੀਮੇਲ ਦੀ ਭਰਤੀ ਸੀਗੀ, ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਭਰਤੀ ਸੀਗੀ ਇਹ। ਦੋਸਤੋ, ਇਹ ਭਰਤੀ ਹੈ ਜਿਹੜੀ, ਇਹਦਾ ਇਗਜ਼ਾਮ ਲਿਆ ਗਿਆ ਸੀ। ਇਹਦੇ 'ਚ ਟੋਟਲ 986 ਪੋਸਟਾਂ ਨੇ ਇਸ ਟਾਈਮ। ਪਹਿਲਾਂ 806 ਸੀ, ਫਿਰ 180 ਪੋਸਟਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਸੀ, ਹੁਣ 986 ਪੋਸਟਾਂ ਲਈ ਇਹ ਭਰਤੀ ਹੈ। ਅਤੇ ਦੋਸਤੋ, ਇਹਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਜਾ ਰਹੀ ਹੈ। ਰਿਕਰੂਟਮੈਂਟ ਟੈਸਟ ਜਿਹੜਾ ਹੋਇਆ ਸੀ ਇਹਦਾ 7 ਜਨਵਰੀ 2024 ਨੂੰ ਹੋਇਆ ਸੀ, ਉਹ ਤੋਂ ਬਾਅਦ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਇਹਦੀ ਹੋਣ ਜਾ ਰਹੀ ਹੈ। ਅਤੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਡੇਟਸ ਰੱਖੀਆਂ ਗਈਆਂ ਨੇ 12/2/24 ਤੋਂ ਲੈ ਕੇ 16/2/24 ਤੱਕ, ਉਸ ਤੋਂ ਇਲਾਵਾ 19/2/24 ਤੋਂ ਲੈ ਕੇ 23/2/24 ਤੱਕ, ਤੇ 26/2/24 ਤੋਂ ਲੈ ਕੇ 29/2/24 ਤੱਕ ਜਿਹੜੀਆਂ ਇਹ ਡੇਟਸ ਰੱਖੀਆਂ ਗਈਆਂ। ਫਰਵਰੀ ਐਂਡ ਤੱਕ ਇਹ DV ਚੱਲਣੀ ਆ, ਡਾਕੂਮੈਂਟ ਵੈਰੀਫਿਕੇਸ਼ਨ ਚੱਲਣੀ ਆ। ਤੇ ਇਹਦੇ ਲਈ ਇੱਕ ਕੱਟ ਆਫ ਨੋਟ ਕਰ ਲਓ ਵੀ ਕੱਟ ਆਫ ਕੀ ਹੈ। ਉਸ ਤੋਂ ਪਹਿਲਾਂ ਦੱਸ ਦਈਏ ਕਿ ਵੈਨਿਊ ਕੀ ਹੈ ਜੀ, ਪਹੁੰਚਣਾ ਕਿੱਥੇ ਤੁਸੀਂ। ਆਡੀਟੋਰੀਅਮ 'ਚ ਪਹੁੰਚਣਾ, GGS ਮੈਡੀਕਲ ਕਾਲਜ ਫਰੀਦਕੋਟ ਵਿਖੇ ਆਡੀਟੋਰੀਅਮ ਬਣਿਆ ਕਾਲਜ, ਉੱਥੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ। ਤੇ ਦੋਸਤੋ, ਇਹਦੇ ਲਈ ਸਭ ਤੋਂ ਪਹਿਲਾਂ ਜਿਹੜੀ ਕੱਟ ਆਫ ਨੋਟ ਕਰ ਲਓ ਕਿ ਕੈਟਾਗਰੀ ਵਾਈਜ਼ ਕੱਟ ਆਫ ਕੀ ਹੈ। ਤਾਂ ਓਪਨ ਕੈਟਾਗਰੀ ਦੀ ਕੱਟ ਆਫ ਹੈ ਜੀ ਇਨਕਲੂਡਿੰਗ ਰਿਜ਼ਰਵਡ ਕੈਟਾਗਰੀ, ਜਿਹੜੇ ਰਿਜ਼ਰਵਡ ਕੈਟਾਗਰੀ ਦੇ ਕੈਂਡੀਡੇਟਸ ਨੂੰ ਓਪਨ ਦੇ ਵਿੱਚ ਰੈਂਕ ਮਿਲਿਆ ਉਹ ਵੀ ਇਹਦੇ ਵਿੱਚ ਹੀ ਹੋਣਗੇ, ਠੀਕ ਹੈ। ਤਾਂ ਉਹਨਾਂ ਦੀ ਜਿਹੜੀ ਕੱਟ ਆਫ ਹੈ ਉਹ 54 ਨੰਬਰ ਤੱਕ ਗਈ ਹੈ DV ਦੇ ਲਈ, ਠੀਕ ਹੈ। ਫਾਈਨਲ ਕੱਟ ਆਫ ਇਹ ਤੋਂ ਅਲੱਗ ਹੋ ਸਕਦੀ ਹੈ। EWS ਦੀ 50 ਨੰਬਰ ਤੱਕ ਅਪ ਟੂ 50 ਮਾਰਕਸ, BC ਕੈਟਾਗਰੀ ਦੀ 48.50, ਠੀਕ ਹੈ, ਜਿਹਦੇ ਮਤਲਬ 48.50 ਦੇ ਤੋਂ ਵੱਧ ਨੰਬਰ ਉਹਨਾਂ ਨੇ DV ਲਈ ਪਹੁੰਚਣਾ। ਅਤੇ ਉਹਨਾਂ ਦੇ ਲਈ ਇੱਕ ਚੀਜ਼ ਹੋਰ ਦੱਸਦਾ ਕਿ ਲਿਸਟ ਆਈ ਹੋਈ ਹੈ, ਠੀਕ ਹੈ, ਇਹ ਲਿਸਟ ਹੈ, ਤੁਸੀਂ ਦੇਖੋਗੇ ਇੱਥੇ, ਚੈੱਕ ਕਰ ਲਓ ਵੀ ਲਿਸਟ 'ਚ ਤੁਹਾਡਾ ਨਾਮ ਹੈਗਾ ਜਾਂ ਨਹੀਂ ਹੈਗਾ, ਸ਼ਾਰਟ ਲਿਸਟ ਹੋਏ ਹੋ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਂ ਨਹੀਂ ਹੋਏ। ਅਤੇ ਲਿਸਟ ਦੇ ਨਾਲ ਹੀ ਤੁਹਾਡੇ ਡੇਟ ਦਿੱਤੀ ਗਈ, ਕਿਸ ਡੇਟ ਨੂੰ DV ਹੈ, ਟਾਈਮਿੰਗ ਦਿੱਤੀ ਗਈ ਹੈ, ਟਾਈਮਿੰਗ ਕਿੰਨੇ ਵਜੇ ਤੁਸੀਂ ਪਹੁੰਚਣਾ, ਠੀਕ ਹੈ, ਉਹ ਸਾਰਾ ਕੁਝ ਦੱਸਿਆ ਗਿਆ ਇਹਦੇ ਵਿੱਚ ਪ੍ਰੋਪਰ। ਅਤੇ ਇਹਦੇ ਲਈ SC MB ਕੈਟਾਗਰੀ ਦੀ ਕੱਟ ਆਫ ਜਿਹੜੀ 48 ਮਾਰਕਸ ਹੈ, SC RO ਦੀ 52, 52 ਮਾਰਕਸ, ਐਕਸ ਸਰਵਿਸਮੈਨ ਜਨਰਲ ਦੀ 32.75, ਐਕਸ ਸਰਵਿਸਮੈਨ MB ਦੀ 34, ਐਕਸ ਸਰਵਿਸਮੈਨ RO ਦੀ 30, ਐਕਸ ਸਰਵਿਸਮੈਨ BC ਦੀ 34.75, ਫਿਜ਼ੀਕਲ ਹੈਂਡੀਕੈਪ ਦੀ 30, ਸਪੋਰਟਸ ਜਨਰਲ ਦੀ 37, ਸਪੋਰਟਸ MB ਦੀ 37, ਸਪੋਰਟਸ RO ਦੀ 32, ਅਤੇ ਫਰੀਡਮ ਫਾਈਟਰ ਦੀ 35 ਨੰਬਰ ਜਿਹੜੀ ਕੱਟ ਆਫ ਗਈ ਆ ਡਾਕੂਮੈਂਟ ਵੈਰੀਫਿਕੇਸ਼ਨ ਲਈ। ਹੁਣ ਨੋਟ ਕਰ ਲਓ ਵੀ ਡਾਕੂਮੈਂਟ ਵੈਰੀਫਿਕੇਸ਼ਨ 'ਤੇ ਤੁਸੀਂ ਲੈ ਕੇ ਕਿਹੜੇ ਕਿਹੜੇ ਡਾਕੂਮੈਂਟਸ ਜਾਣੇ ਆ। ਇੱਥੇ ਤੁਸੀਂ ਓਰਿਜਿਨਲ ਡਾਕੂਮੈਂਟਸ ਲੈ ਕੇ ਜਾਣੇ ਆ, ਠੀਕ ਹੈ, ਜਿਹਦੇ 'ਚ ਤੁਹਾਡਾ ਪ੍ਰਿੰਟ ਆਊਟ ਲੈ ਕੇ ਜਾਣਾ ਤੁਸੀਂ ਆਪਣੇ ਆਨਲਾਈਨ ਐਪਲੀਕੇਸ਼ਨ ਫਾਰਮ ਦਾ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਐਡਮਿਟ ਕਾਰਡ ਜਾਂ ਰੋਲ ਨੰਬਰ ਸਲਿੱਪ ਆਪਣੀ ਤੁਸੀਂ ਲੈ ਕੇ ਜਾਣੀ ਆ, ID ਪਰੂਫ ਲੈ ਕੇ ਜਾਣਾ, ਠੀਕ ਹੈ ਜੀ, ਆਧਾਰ ਕਾਰਡ, ਪੈਨ ਕਾਰਡ, ਤੁਹਾਡਾ ਵੋਟਰ ID ਕਾਰਡ, ਠੀਕ ਹੈ, ਜਾਂ ਡਰਾਈਵਿੰਗ ਲਾਇਸੈਂਸ, ਇਹਨਾਂ 'ਚੋਂ ਕੋਈ ਇੱਕ ID ਪਰੂਫ ਲੈ ਕੇ ਜਾ ਸਕਦੇ ਹੋ। ਅਤੇ ਉਸ ਤੋਂ ਬਾਅਦ ਇਲਾਵਾ ਕੋਈ ਐਕਸਪੀਰੀਅੰਸ ਤੁਹਾਡਾ ਹੈਗਾ ਤਾਂ ਐਕਸਪੀਰੀਅੰਸ ਸਰਟੀਫਿਕੇਟ ਲੈ ਕੇ ਜਾਣਾ, ਏਜ ਪਰੂਫ ਲਈ 10ਵੀਂ ਦਾ ਸਰਟੀਫਿਕੇਟ, ਠੀਕ ਹੈ ਜੀ, ਪੰਜਾਬੀ ਪਾਸ ਪਰੂਫ ਲਈ 10ਵੀਂ ਦਾ ਸਰਟੀਫਿਕੇਟ, ਅਕੈਡਮਿਕ ਸਰਟੀਫਿਕੇਟ ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਆ ਉਹ ਤੁਸੀਂ ਸਰਟੀਫਿਕੇਟ ਲੈ ਕੇ ਜਾਣੇ ਆ, ਕੈਟਾਗਰੀ ਦਾ ਸਰਟੀਫਿਕੇਟ ਜੇ ਤੁਸੀਂ ਕਿਸੇ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਕੈਟਾਗਰੀ ਦਾ ਸਰਟੀਫਿਕੇਟ ਲੈ ਕੇ ਜਾਣਾ, ਅਤੇ ਇਹਦੇ ਨਾਲ ਸੈੱਟ ਆਫ ਜਿਹੜੀਆਂ ਇਹਦੀਆਂ ਫੋਟੋ ਕਾਪੀਜ਼ ਨੇ ਉਹ ਸੈਲਫ ਟੈਸਟ ਕਰਕੇ ਨਾਲ ਲੈ ਕੇ ਜਾਣੀ ਆ। ਉਸ ਤੋਂ ਇਲਾਵਾ 1000 ਰੁਪਇਆ ਫੀਸ ਰੱਖੀ ਗਈ ਹੈ ਜੀ ਕਾਉਂਸਲਿੰਗ ਦੀ ਜਨਰਲ ਕੈਟਾਗਰੀ ਦੇ ਲਈ,
500 ਰੁਪਏ ਫੀਸ ਰੱਖੀ ਗਈ ਐਸ ਸੀ ਕੈਟੇਗਰੀ ਦੇ ਲਈ। ਇਹ ਤੁਹਾਡੇ ਤੋਂ ਉੱਥੇ ਔਨ ਦਾ ਸਪੋਟ ਹੀ ਫੀਸ ਭਰਵਾਈ ਜਾਏਗੀ ਕਾਉਂਸਲਿੰਗ ਵੈਨਿਊ ਤੇ। ਤੇ ਇਸ ਤੋਂ ਇਲਾਵਾ ਕੁਝ ਹੋਰ ਇੰਸਟਰਕਸ਼ਨਸ ਇੱਥੇ ਦਿੱਤੀਆਂ ਗਈਆਂ, ਸਾਰੀਆਂ ਇੰਸਟਰਕਸ਼ਨਸ ਆਪਣੀਆਂ ਤੁਸੀਂ ਪੜ੍ਹ ਲੈਣੀਆਂ ਨੇ, ਠੀਕ ਹੈ ਜੀ। ਤੇ ਇੱਕ ਚੀਜ਼ ਇੱਥੇ ਹੋਰ ਨੋਟ ਕਰ ਲਓ ਕਿ ਜਿਹੜੇ ਕੈਂਡੀਡੇਟ ਡਾਕੂਮੈਂਟ ਵੈਰੀਫਿਕੇਸ਼ਨ ਲਈ ਓਪਨ ਕੈਟੇਗਰੀ 'ਚ ਅਪੀਅਰ ਹੋਣਗੇ, ਠੀਕ ਹੈ, ਭਾਵ ਕਿ ਜਿਹੜੇ ਰਿਜ਼ਰਵ ਕੈਟੇਗਰੀ ਵੱਲ ਨੂੰ ਓਪਨ 'ਚ ਸੀਟ ਜਿਵੇਂ ਮਿਲ ਜਾਂਦੀ ਹੈ, ਉਹ ਜਦੋਂ ਇੱਕ ਵਾਰ ਓਪਨ ਕੈਟੇਗਰੀ ਲਈ ਡੀਵੀ ਲਈ ਅਪੀਅਰ ਹੋ ਗਏ ਤਾਂ ਉਹਨਾਂ ਨੂੰ ਆਪਣੀ ਕੈਟੇਗਰੀ 'ਚ ਅਲੱਗ ਤੋਂ ਡੀਵੀ ਕਰਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਬਾਕੀ ਜੇ ਸ਼ਡਿਊਲ ਦਿੱਤਾ ਗਿਆ ਜੇ ਤੁਸੀਂ ਆਪਣਾ ਦੇਖ ਲਿਓ ਤਾਂ ਹਾਈਐਸਟ ਜਿਹੜੇ ਮਾਰਕਸ ਸੀਗੇ ਇਹਦੇ 'ਚ 78 ਮਾਰਕਸ ਸੀਗੇ, 78 ਮਾਰਕਸ, ਠੀਕ ਹੈ, ਐਮ ਪੀ ਐਚ ਡਬਲਿਊ, ਤਾਂ ਨਰਿੰਦਰ ਕੌਰ ਐਸ ਸੀ ਐਮ ਬੀ ਕੈਟੇਗਰੀ ਨੂੰ ਬਿਲੋਂਗ ਕਰਦੇ ਉਹ, ਤਾਂ ਉਹਨਾਂ ਦੇ ਸਭ ਤੋਂ ਹਾਈਐਸਟ ਮਾਰਕਸ ਜਿਹੜੇ ਆਊਟ ਆਫ 90 ਐਮ ਪੀ ਐਚ ਡਬਲਿਊ 'ਚ ਜਿਹੜੇ ਆਏ ਸੀਗੇ, ਠੀਕ ਹੈ ਜੀ। ਤਾਂ ਬਾਕੀ ਕੋਈ ਡਾਊਟ ਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ। ਲਿਸਟਾਂ ਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਇਸ ਤੋਂ ਇਲਾਵਾ ਟੈਲੀਗ੍ਰਾਮ 'ਤੇ ਵੀ ਲਿਸਟਾਂ ਆਪਾਂ ਪਾਤੀਆਂ, ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਜੁਆਇਨ ਕਰ ਲਓ, ਲਿੰਕ ਡਿਸਕ੍ਰਿਪਸ਼ਨ 'ਚ ਆ। ਬਾਕੀ ਅਪਡੇਟਸ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।